ਖਲਿਸਤਾਨਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਚਰਚਿਤ ਪਿੰਡ ਮੌਜਪੁਰ ਵਿੱਚ ਇੱਕ ਵਿਆਹ ਸਮਾਗਮ ਉਸ ਵੇਲੇ ਗਰਮੀਆਂ ਵਿੱਚ ਬਦਲ ਗਿਆ ਜਦੋਂ ਕੁਝ ਨੌਜਵਾਨਾਂ ਨੇ ਇੱਕ ਹੋਰ ਨਾਬਾਲਗ ਨੌਜਵਾਨ ਨੂੰ ਕਿਰਚਾ ਮਾਰ ਕੇ ਮੌਕੇ 'ਤੇ ਹੀ ਕਤਲ ਕਰ ਦਿੱਤਾ। ਇਸ ਤੋਂ ਇਲਾਵਾ ਉਸਦੇ ਭਰਾ ਨੂੰ ਵੀ ਤੇਜ਼ ਧਾਰ ਹਥਿਆਰਾਂ ਨਾਲ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ। ਇਸਦੀ ਸੂਚਨਾ ਮਿਲਦੇ ਹੀ ਥਾਣਾ ਭੈਣੀ ਮੀਆਂ ਖਾਂ ਦੇ SHO ਇੰਸਪੈਕਟਰ ਸੁਦੇਸ਼ ਕੁਮਾਰ ਸ਼ਰਮਾ ਆਪਣੀ ਪੁਲਿਸ ਟੀਮ ਸਮੇਤ ਮੌਕੇ 'ਤੇ ਪਹੁੰਚੇ ਜਿੱਥੇ ਉਹਨਾਂ ਨੇ ਸਾਰੇ ਹਾਲਾਤ ਦਾ ਜਾਇਜ਼ਾ ਲਿਆ। ਇਸ ਤੋਂ ਇਲਾਵਾ ਮ੍ਰਿਤਕ ਦੇ ਖੂਨ ਦੇ ਨਮੂਨੇ ਵੀ ਇਕੱਠੇ ਕੀਤੇ। ਨੌਜਵਾਨ ਮੁੰਡੇ ਦਾ ਕਤਲ ਹੋਇਆ ਅਤੇ ਇੱਕ ਸਿਆਸੀ ਸ਼ਹਿਰ ਦੇ ਉੱਤੇ ਆ ਹਲਕੇ ਦੇ ਨੁਮਾਇੰਦੇ ਦੀ ਪੁਸ਼ਤ ਬਣਾਈ ਦੇ ਥੱਲੇ ਪਿੰਡ ਦਾ ਜੋ ਸਰਪੰਚ ਆ ਵੀਰ ਸਿੰਘ ਇਹਨਾਂ ਦੇ ਖਿਲਾਫ਼ ਪਹਿਲਾਂ ਵੀ ਇੱਕ 307 ਦੀ FIR ਦਰਜ ਸੀ ਪਰ ਪੁਲਿਸ ਨੇ ਉਹ 'ਚ ਕੋਈ ਗ੍ਰਿਫਤਾਰੀ ਨਹੀਂ ਕੀਤੀ। ਉਹਦਾ ਕਰਕੇ ਜਿਹੜੇ ਮੁਲਜ਼ਮ ਸੀਗੇ ਉਹ ਹੋਰ ਜ਼ਿਆਦਾ ਸਿਰੇ ਚੜ੍ਹ ਗਏ ਅਤੇ ਅੱਜ ਉਹਨਾਂ ਨੇ ਇੱਕ ਨੌਜਵਾਨ ਦਾ ਕਤਲ ਕੀਤਾ। ਇਹੋ ਜਿਹੜੀਆਂ ਧੱਕੇਸ਼ਾਹੀਆਂ ਨੇ ਇਹ ਇੱਕ ਬਹੁਤ ਹੀ ਗਲਤ ਮੈਸੇਜ ਦੇ ਰਹੀਆਂ ਨੇ ਸਮਾਜ ਦੇ ਵਿੱਚ ਕਿਉਂਕਿ ਜੇ ਉਹ ਨੁਮਾਇੰਦੇ ਅਸੀਂ ਲੋਕ ਚੁਣਨੇ ਹਾਂ ਕਿ ਲੋਕ ਸਾਨੂੰ ਰੱਖਿਆ ਮਿਲੇਗੀ ਪਰ ਇੱਥੇ ਦੇ ਸਾਡੇ ਬੱਚਿਆਂ ਦਾ ਜਿਹੜਾ ਫਿਊਚਰ ਹੈ ਉਹ ਵੀ ਬਰਬਾਦ ਹੋ ਰਿਹਾ। ਅੱਜ ਅਸੀਂ ਆਏ ਹਾਂ SHO ਕਿਉਂਕਿ FIR 'ਤੇ ਦਰਜ ਹੋਏਗੀ ਅਤੇ ਅਸੀਂ ਡੈੱਡ ਬਾਡੀ ਲੈ ਕੇ ਜਾ ਨਹੀਂ ਅਤੇ ਅਸੀਂ ਇੱਥੇ ਬਹਿ ਕੇ ਤਰ ਸਾਨੂੰ ਸੂਚਨਾ ਮਿਲੀ ਸੀਗੀ ਪਿੰਡ ਮੌਜਪੁਰ ਵਿੱਚ ਇੱਕ ਗੁਰਪ੍ਰੀਤ ਸਿੰਘ ਲੜਕਾ ਆ ਜਿਹਦੀ ਉਮਰ ਕਰੀਬ 16 ਸਾਲ ਆ ਅਤੇ ਉਹਨੂੰ ਜਿਹੜਾ ਸੀਗਾ ਕੁਝ ਵਿਅਕਤੀਆਂ ਨੇ ਜਿਹੜੇ ਕਿਰਚ ਮਾਰ ਕੇ ਉਹਨੂੰ ਜ਼ਖਮੀ ਮਤਲਬ ਜ਼ਖਮੀ ਕਰਤਾ ਜਿਹਦੀ ਹੁਣ ਮੌਤ ਹੋ ਚੁੱਕੀ ਆ ਅਤੇ ਇੱਕ ਉਹਦਾ ਭਰਾ ਨਾਲ ਉਹ ਵੀ ਜ਼ਖਮੀ ਹੋਇਆ ਇੱਕ ਹੋਰ ਲੜਕਾ ਜ਼ਖਮੀ ਹੋਇਆ ਅਤੇ ਇੱਕ ਫਾੜਕੂ ਸਿੰਘ ਉਹਦੇ ਘਰ ਇੱਥੇ ਵਿਆਹ ਹੋ ਰਿਹਾ ਸੀਗਾ ਜਿੱਥੋਂ ਇਹਨਾਂ ਦੋਨਾਂ ਪਾਰਟੀਆਂ ਦਾ ਆਪਸ ਵਿੱਚ ਤਕਰਾਰ ਹੋਇਆ ਉਹ ਕਿਰਚ ਮਾਰ ਕੇ ਦੂਜੀ ਪਾਰਟੀ ਦੌੜ ਗਈ ਆ ਅਸੀਂ ਮੌਕੇ 'ਤੇ ਮੌਜੂਦ ਹਾਂ ਅਤੇ ਬਾਕੀ ਜਿਹੜਾ ਦੋਸ਼ੀਆਂ ਦੀ ਭਾਲ ਜਾ ਰਹੀ ਆ ਮੁਕੱਦਮਾ ਦਰਜ ਕਰਕੇ ਤਫਤੀਸ਼ ਕੀਤੀ ਹੈ। ਹੁਣ ਸਾਨੂੰ ਤਾਂ ਪਤਾ ਨਹੀਂ ਅਸੀਂ ਫੇਰਿਆਂ 'ਤੇ ਗਏ ਹਾਂ ਤੁਹਾਡੇ ਬੇਟੇ ਦਾ ਵਿਆਹ ਹਾਂਜੀ ਘਰ ਅਸੀਂ ਹੁੰਦੇ ਤੁਹਾਨੂੰ ਪਤਾ ਹੁੰਦਾ ਨਾ ਕੀ ਮਸਲਾ ਕੀ ਸੀ ਜਾਂ ਕਿੱਦਾਂ ਇਹ ਕਾਰਨ ਕੀ ਬਣਿਆ ਵਾ ਹੁਣ ਮਸਲੇ ਦਾ ਤੇ ਸਾਡੇ ਨਹੀਂ ਕੋਈ ਹਿਸਾਬ ਨਾ ਸਾਨੂੰ ਇਹਨਾਂ ਦੇ ਭੇਦ ਦਾ ਦੋਵਾਂ ਬੰਦਿਆਂ ਦਾ ਪਤਾ ਵੀ ਕੀ ਸੀ ਇਹਨਾਂ ਦੇ ਮਸਲੇ ਦਾ ਸਾਨੂੰ ਤਾਂ ਇਹ ਹੀ ਅਸੀਂ ਸ਼ਾਦੀ ਕਰਨੀ ਸੀ ਬੱਚੇ ਦੀ ਅਤੇ ਅਸੀਂ ਟਾਈਮ ਦੇ ਟਾਈਮ ਉਹ ਵੀ ਸਾਡੇ ਰਿਸ਼ਤੇਦਾਰ ਹਨ ਇਹ ਵੀ ਤਾਂ ਅਸੀਂ ਸੱਦੇ ਹਨ ਇਹ ਜਿਹੜਾ ਮੁੰਡਾ ਮਰਿਆ ਵਾ ਇਹ ਕੀ ਲੱਗਦਾ ਸੀ ਤੁਹਾਡਾ ਇਹ ਸਾਡਾ ਚਾਚਾ ਸਹੁਰਾ ਚਾਚੇ ਸਹੁਰੇ ਦਾ ਮੁੰਡਾ ਹੈ ਜਿਹਦਾ ਕਤਲ ਹੋਇਆ ਹਾਂਜੀ ਹਾਂਜੀ ਕਤਲ ਕਰਨ ਵਾਲੇ ਬੰਦੇ ਕੌਣ ਉੱਧਰ ਉਹ ਵੀ ਰਿਸ਼ਤੇਦਾਰ ਹਨ ਇੱਧਰ ਸਾਡੇ ਸਾਰੀਆਂ ਹੀ ਹੋਣੀਆਂ ਨੇ ਸਾਡਾ ਦਿਓਰ ਇੱਧਰ ਮੰਗਿਆ ਸੀ ਜਿਹਦੇ ਕੋਲ ਕਤਲ ਹੋਇਆ ਮੁੰਡੇ ਕੋਲ।